ਪਿੰਡ ਦੇ ਨਾ ਕੁਛ ਲੋਕ ਹੁੰਦੇ ਆ ਸੱਜਣ ਸੱਥ 'ਚ ਬੈਠਦੇ ਹੁੰਦੇ ਆ, ਅਤੇ ਜਦੋਂ ਕੋਈ ਧੀ ਭੈਣ ਲੰਘੇ ਤਾਂ ਉਹਨਾਂ ਨੇ ਧੀ ਭੈਣ ਨੂੰ ਦੱਸਣਾ ਹੁੰਦਾ ਵੀ ਧੀਏ ਸਿਰ ਢੱਕ ਕੇ ਲੰਘੀ ਦਾ ਹੁੰਦਾ, ਧੀਏ ਐਵੇਂ ਨਹੀਂ ਕਰੀਦਾ ਹੁੰਦਾ, ਐਵੇਂ ਚੰਗੇ ਨਹੀਂ ਲੱਗੀਦਾ। ਉਹ ਲੋਕ ਬੜੇ ਚੰਗੇ ਹੁੰਦੇ ਆ, ਉਹ ਲੋਕ ਧੀਆਂ ਦੀ ਇੱਜ਼ਤ ਕਰਨ ਵਾਲੇ ਲੋਕ ਹੁੰਦੇ ਆ। ਅਤੇ ਕੁਛ ਲੋਕ ਨਾ ਸੱਥਾਂ 'ਚ ਇਹੋ ਜਿਹੇ ਵੀ ਕਦੇ ਕਦੇ ਬੈਠੇ ਸੁਣੇ ਆ ਵੀ ਜਿਹੜੇ ਇੱਜ਼ਤਦਾਰ ਧੀ ਲੰਘੇ, ਸਿਰ ਢੱਕੇ ਵਾਲੀ ਧੀ ਲੰਘੇ, ਤਾਂ ਉਹਦਾ ਲੰਘਣਾ ਵੀ ਦੁੱਭਰ ਕਰ ਦਿੰਦੇ ਆ। ਫਿਰ ਉਹ ਲੋਕ ਕੌਣ ਹੁੰਦੇ ਆ ਤੁਹਾਨੂੰ ਪਤਾ ਹੀ ਆ। ਕੁਛ ਇਸੇ ਤਰ੍ਹਾਂ ਦੇ ਲੋਕ ਹੀ ਆ। ਪਿਛਲੇ ਦਿਨਾਂ ਦੇ ਵਿੱਚ ਧੀਆਂ ਏ ਕੁੜੀਆਂ ਵੀਡੀਓ ਬਣਾਉਂਦੀਆਂ ਰਮਣੇ ਪਵਨੇ ਕਰਕੇ ਉਹਨਾਂ ਨੂੰ ਬੜੀ ਤਕਲੀਫ ਦਿੱਤੀ ਜਾ ਰਹੀ ਹੈ। ਮੈਂ ਬਹੁਤ ਚਿਰ ਤੋਂ ਦੇਖਦਾ, ਬਹੁਤ ਅਸੀਂ ਪਰਿਵਾਰ 'ਚ ਬੈਠ ਕੇ ਦੇਖਦੇ ਹਾਂ, LCD 'ਤੇ ਲਾ ਕੇ ਪੂਰਾ ਪਰਿਵਾਰ ਉਹਨਾਂ ਦੀ ਵੀਡੀਓ ਦੇਖਦੇ ਹੁੰਦੇ ਹਾਂ ਅਸੀਂ। ਉਹਨਾਂ ਦਾ ਕੋਈ ਸ਼ਬਦ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਅਸੀਂ ਪਰਿਵਾਰ 'ਚ ਬੈਠ ਕੇ ਨਹੀਂ ਦੇਖ ਸਕਦੇ। ਉਹਨਾਂ ਦੀ ਕੋਈ ਗੱਲਬਾਤ ਇਹੋ ਜਿਹੀ ਨਹੀਂ ਹੁੰਦੀ, ਉਹਨਾਂ ਦੀ ਕੋਈ ਗੱਲ ਦਾ ਮਤਲਬ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਅਸੀਂ ਪੂਰੇ ਪਰਿਵਾਰ 'ਚ ਬੈਠ ਕੇ ਨਹੀਂ ਦੇਖ ਸਕਦੇ। ਸਾਨੂੰ ਤਕਲੀਫ ਹੋਵੇ, ਸਾਨੂੰ ਉੱਠਣਾ ਪਵੇ, ਸਾਨੂੰ ਸ਼ਰਮ ਆਵੇ, ਮਤਲਬ ਉਹਨਾਂ ਧੀਆਂ ਨੂੰ ਅਸੀਂ ਆਪਣੀਆਂ ਧੀਆਂ ਜਾਂ ਆਪਣੀਆਂ ਭੈਣਾਂ ਕਹਿਣ ਦੇ ਵਿੱਚ ਕੋਈ ਝਿਜਕ ਜਾਂ ਸ਼ਰਮ ਜਾਂ ਤਕਲੀਫ ਨਹੀਂ ਹੁੰਦੀ ਮਹਿਸੂਸ। ਐਂ ਲੱਗਦਾ ਕਿ ਸਾਡੇ ਆਪਣੇ ਆ, ਜਿਵੇਂ ਰਿਪਨ ਅਤੇ ਖੁਸ਼ੀ ਆ ਜਿਹੜੇ ਪੰਜਾਬੀ ਟਰੈਵਲ ਕਪਲ ਵਾਲੇ ਆ, ਉਹ ਹਮੇਸ਼ਾ ਜਦੋਂ ਵੀ ਕਿਤੇ ਜਾਂਦੇ ਆ ਤਾਂ ਐਵੇਂ ਲੱਗਦਾ ਹੁੰਦਾ ਕਿ ਯਾਰ ਉਹ ਸਾਡੇ ਬੰਦੇ ਉੱਥੇ ਗਏ ਹੋਏ ਆ, ਐਵੇਂ ਲੱਗਦਾ ਹੁੰਦਾ। ਪਰ ਨਾ ਕੁਛ ਬੋਲਿਆ ਜਾ ਰਿਹਾ ਅਤੇ ਮਤਲਬ ਇਸ ਤਰ੍ਹਾਂ ਦਾ ਬੋਲਿਆ ਜਾ ਰਿਹਾ ਜਿਹਨੂੰ ਦੁਬਾਰਾ ਬੋਲਣਾ ਵੀ ਮੁਸ਼ਕਲ ਆ, ਸੁਣਨਾ ਵੀ ਬਹੁਤ ਮੁਸ਼ਕਲ ਆ। ਇਸ ਤਰ੍ਹਾਂ ਦੇ ਮਤਲਬ ਇੰਨੀ ਕੁ ਨੀਵੇਂ ਲੈਵਲ ਦੀ ਕਹਿ ਸਕਦੇ ਹਾਂ ਕਿ ਇਨਸਾਨੀਅਤ ਦਿਖਾਈ ਗਈ ਆ ਵੀ ਜਿਹਨੂੰ ਇਨਸਾਨੀਅਤ ਕਹਿਣ ਨੂੰ ਵੀ ਦਿਲ ਨਹੀਂ ਕਰਦਾ। ਤਾਂ ਮੈਂ ਸ਼ਾਇਦ ਉਹਨਾਂ ਬਾਰੇ ਤਾਂ ਕੁਛ ਨਹੀਂ ਕਹਿ ਸਕੂੰਗਾ ਕਿਉਂਕਿ ਉਸ ਤਰ੍ਹਾਂ ਦੇ ਲੋਕਾਂ ਬਾਰੇ ਕਹਿਣ ਲਈ ਤਾਂ ਮੈਨੂੰ ਫਿਰ ਉਨੇ ਲੈਵਲ 'ਤੇ ਨੀਵਾਂ ਜਾਣਾ ਪਊਗਾ, ਸ਼ਾਇਦ ਮੈਂ ਉਹਨਾਂ ਨੀਵੇਂ ਲੈਵਲ ਦਾ ਨਹੀਂ ਸੋਚ ਸਕਦਾ। ਅਤੇ ਮੈਂ ਆਪਣੀਆਂ ਧੀਆਂ ਨੂੰ ਕਹਿ ਸਕਦਾ ਕਿ ਧੀਓ, ਤੁਹਾਡੇ ਭਾਈ ਨੂੰ ਤੁਹਾਨੂੰ ਧੀ ਕਹਿਣ 'ਚ, ਭੈਣ ਕਹਿਣ 'ਚ ਕੋਈ ਸ਼ਰਮ ਨਹੀਂ ਆ ਰਹੀ, ਮੈਨੂੰ ਕੋਈ ਤਕਲੀਫ ਨਹੀਂ ਹੋ ਰਹੀ। ਮੈਨੂੰ ਅੱਜ ਵੀ ਮੈਂ ਉਨੇ ਪ੍ਰਾਊਡ ਨਾ ਕਹਿ ਸਕਦਾ ਕਿ ਉਹ ਸਾਡੀਆਂ ਧੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜੇ ਨਾ ਇਨਫੋਰਮੇਸ਼ਨ ਅਤੇ ਨੌਲੇਜ ਦੇ ਵਿੱਚ ਫਰਕ ਹੁੰਦਾ ਸੱਜਣੋ, ਇਨਫੋਰਮੇਸ਼ਨ ਕਿਤੋਂ ਵੀ ਮਿਲਣੀ ਹੁੰਦੀ ਆ, ਨੌਲੇਜ ਉਹ ਹੁੰਦੀ ਆ ਜੋ ਤੁਸੀਂ ਇਨਫੋਰਮੇਸ਼ਨ ਨੂੰ ਛਾਣ ਕੇ ਉਹਦੇ ਵਿੱਚੋਂ ਗਿਆਨ ਕੱਢ ਲੈਣਾ ਹੁੰਦਾ, ਉਹਨੂੰ ਕਹਿੰਦੇ ਆ ਨੌਲੇਜ, ਗਿਆਨ। ਇਨਫੋਰਮੇਸ਼ਨ ਤੁਹਾਨੂੰ ਜੋ ਉਹ ਕੁੜੀਆਂ ਦਿੰਦੀਆਂ ਨਾ, ਉਹ ਇੰਗਲਿਸ਼ ਦੇ ਵਿੱਚ ਬਹੁਤ ਚੈਨਲਾਂ 'ਤੇ ਪਈ ਆ, ਹਿੰਦੀ ਦੇ ਬਹੁਤ ਚੈਨਲਾਂ 'ਤੇ ਪਈ ਆ, ਗੂਗਲ 'ਤੇ ਵੀ ਪਈ ਆ, ਪਰ ਸਾਨੂੰ ਉਹ 'ਤੇ ਕੋਈ ਤਕਲੀਫ ਨਹੀਂ। ਲੋਕਾਂ ਨੇ ਜਹਾਜ਼ ਖਰੀਦ ਲਏ ਉਸ ਤਰ੍ਹਾਂ ਦੀਆਂ ਇਨਫੋਰਮੇਸ਼ਨਾਂ ਦੇ ਕੇ, ਯੂਟਿਊਬ ਫੇਸਬੁੱਕ ਤੋਂ ਜਹਾਜ਼, ਮੈਂ ਛੋਟੀ ਗੱਲ ਨਹੀਂ ਕਰ ਰਿਹਾ, ਜਹਾਜ਼ ਤੱਕ ਖਰੀਦ ਲਏ ਲੋਕਾਂ ਨੇ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ, ਪਰ ਸਾਨੂੰ ਕਦੇ ਤਕਲੀਫ ਨਹੀਂ ਹੋਈ। ਸਾਨੂੰ ਤਕਲੀਫ ਹੁੰਦੀ ਹੈ ਜਦੋਂ ਸਾਡੀ ਕੋਈ ਧੀ ਭੈਣ ਉੱਠ ਕੇ ਸੋਹਣਾ ਸਿਰ ਢੱਕ ਕੇ ਸੋਹਣੇ ਸ਼ਬਦਾਂ ਦੇ ਨਾਲ ਸਾਡੀਆਂ ਭੈਣਾਂ ਧੀਆਂ ਵਾਂਗੂ ਹੀ ਗੱਲਬਾਤ ਕਰਕੇ ਕਰਦੀ ਹੈ, ਤਾਂ ਫਿਰ ਸਾਨੂੰ ਕਿਤੇ ਨਾ ਕਿਤੇ ਯਾਰ ਤਕਲੀਫ ਹੁੰਦੀ ਹੈ। ਸ਼ਾਇਦ ਅਸੀਂ ਕਿਸੇ ਦੀ ਧੀ ਭੈਣ ਨੂੰ ਆਪਣਾ ਮਨੋਰੰਜਨ ਕਰਦੇ ਹੀ ਦੇਖਣਾ ਚਾਹੁੰਦੇ ਹਾਂ ਯਾਰ, ਕਿਤੇ ਨਾ ਕਿਤੇ ਸਾਨੂੰ ਸ਼ਾਇਦ ਐਵੇਂ ਲੱਗਦਾ ਕਿ ਯਾਰ ਉਹ ਵੀ ਗਲਤ ਹਰਕਤਾਂ ਕਰਕੇ ਸਾਡਾ ਮਨੋਰੰਜਨ ਹੀ ਕਰੇ। ਕਿ ਨਹੀਂ ਯਾਰ, ਹਰ ਕੁੜੀ ਬਾਰੇ ਨਹੀਂ ਐਵੇਂ ਹੁੰਦਾ ਯਾਰ, ਐਵੇਂ ਨਹੀਂ ਹੁੰਦਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਆਪਣੀਆਂ ਭੈਣਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਯਾਰ ਵੀ ਭੈਣੋ, ਤੁਸੀਂ ਸੱਚੀ ਡੋਲਿਓ ਨਾ। ਤੁਸੀਂ ਜੇ ਨਾ ਤੁਸੀਂ
ਮੰਨ ਲਓ ਹੁਣ ਵੀਡੀਓ ਨਾ ਪਾਈਆਂ, ਤੁਸੀਂ ਨਾ ਕੰਮ ਕੀਤਾ, ਤਾਂ ਇਹ ਲੋਕ ਹੋਰ ਧੀਆਂ ਭੈਣਾਂ ਨੂੰ ਵੀ ਨਹੀਂ ਐਵੇਂ ਵਧੀਆ ਕੰਮ ਨਹੀਂ ਕਰਨ ਦੇਣਗੇ। ਫਿਰ ਜਿਹੜਾ ਸਾਡਾ ਸਿਰ ਢੱਕਣ ਵਾਲਾ ਕਲਚਰ ਆ ਉਹ ਕਿਤੇ ਨਾ ਕਿਤੇ ਜਮ੍ਹਾਂ ਖਤਮ ਹੋ ਜਾਊਗਾ। ਫਿਰ ਸਾਡੀਆਂ ਬਹੁਤ ਸਾਰੀਆਂ ਹੋਰ ਧੀਆਂ ਜੇ ਇਸ ਤਰ੍ਹਾਂ ਦਾ ਸਿਰ ਢੱਕ ਕੇ ਇਸ ਤਰ੍ਹਾਂ ਦੇ ਕਲਚਰ 'ਚ ਕੰਮ ਕਰਨਾ ਚਾਹੁਣਗੀਆਂ, ਇਸ ਤਰ੍ਹਾਂ ਦੇ ਪਹਿਰਾਵੇ 'ਚ ਕੰਮ ਕਰਨਾ ਚਾਹੁਣਗੀਆਂ, ਇਸ ਤਰ੍ਹਾਂ ਦੇ ਸੱਭਿਆਚਾਰ 'ਚ ਕੰਮ ਕਰਨਾ ਖੁਸ਼ ਚਾਹੁਣਗੀਆਂ, ਇਸ ਤਰ੍ਹਾਂ ਆਪਣੇ ਘਰ ਵਾਲਿਆਂ ਨਾਲ ਖੁਸ਼ ਦਿਸਣਾ ਚਾਹੁਣਗੀਆਂ, ਤਾਂ ਸ਼ਾਇਦ ਉਹ ਨਹੀਂ ਕਰ ਸਕਣਗੀਆਂ। ਹੁਣ ਤੁਸੀਂ ਆਪਣੀ ਲੜਾਈ ਲੜ ਹਟੇ ਯਾਰ, ਮੈਨੂੰ ਲੱਗਦਾ ਕਿ ਤੁਹਾਡੀ ਲੜਾਈ ਦਾ ਤਾਂ ਖਾਤਮਾ ਹੋ ਗਿਆ। ਤੁਸੀਂ ਤਾਂ ਤੁਹਾਨੂੰ ਤਾਂ ਜਿਹੜਾ ਕੁਛ ਬੋਲਣਾ ਸੀ ਕਿਸੇ ਨੇ ਬੋਲਤਾ, ਇਸ ਤੋਂ ਨੀਵਾਂ ਤਾਂ ਕੋਈ ਜਾ ਹੀ ਨਹੀਂ ਸਕਦਾ, ਇਸ ਤੋਂ ਨੀਵਾਂ ਤਾਂ ਕੋਈ ਥਾਂ ਹੀ ਹੈ ਨਹੀਂ ਦੁਨੀਆ 'ਤੇ ਜਿਸ ਤਰ੍ਹਾਂ ਦੀ ਨੀਵੀਂ ਸ਼ਬਦਾਵਲੀ ਤੁਹਾਡੇ ਲਈ ਵਰਤੀ ਗਈ ਆ। ਤਾਂ ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਉਹਨਾਂ ਧੀਆਂ ਦੇ ਹੌਸਲੇ ਲਈ ਖੜ ਜਾਣਾ ਚਾਹੀਦਾ ਕਿ ਕਦੇ ਐਵੇਂ ਨਾ ਹੋਵੇ ਕਿ ਬਹੁਤ ਸਾਰੀਆਂ ਧੀਆਂ ਇਹ ਗੱਲ ਦਾ ਮਤਲਬ ਐਵੇਂ ਕੱਢ ਲੈਣ ਕਿ ਸ਼ਾਇਦ ਸਿਰ ਢੱਕਣਾ ਜਾਂ ਇਸ ਤਰ੍ਹਾਂ ਦੀ ਭਾਸ਼ਾ ਬੋਲਣਾ ਜਾਂ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿਣਾ ਗੁਨਾਹ ਹੈ। ਠੀਕ ਹੈ ਕਿ ਨਹੀਂ? ਮੈਨੂੰ ਸੱਚੀ ਤੁਹਾਡੇ 'ਤੇ ਪ੍ਰਾਊਡ ਆ, ਮੈਨੂੰ ਮਾਣ ਆ ਕਿ ਤੁਸੀਂ ਸਾਡੇ ਸਮਾਜ ਦਾ ਬਹੁਤ ਚੰਗਾ ਹਿੱਸਾ। ਅਸੀਂ ਤੁਹਾਡੇ ਨਾਲ ਫੋਟੋ ਖਿਚਾਉਣਾ, ਤੁਹਾਨੂੰ ਘਰ ਬੁਲਾਉਣਾ ਅਤੇ ਤੁਹਾਡੇ ਘਰ ਜਾਣਾ ਹਮੇਸ਼ਾ ਮਾਣ ਮਹਿਸੂਸ ਕਰਾਂਗੇ। ਮਾਣ ਮਹਿਸੂਸ ਕਰਾਂਗੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਯਾਰਾਂ ਨੂੰ, ਆਪਣੇ ਭਾਈਆਂ ਨੂੰ ਦੱਸਣਾ ਕਿ ਉਹ ਬੰਦਿਆਂ ਨਾਲ ਮੇਰੀ ਜਾਣ ਪਹਿਚਾਣ ਆ, ਉਹ ਮੇਰੇ ਆਪਣੇ ਆ। ਮੈਨੂੰ ਕਦੇ ਕਿਸੇ ਵਿਆਹ, ਕਦੇ ਸ਼ਾਦੀ, ਕਿਸੇ ਪ੍ਰੋਗਰਾਮ, ਕਿਸੇ ਮਹਿਫਲ, ਕਿਸੇ ਵੀ ਥਾਂ ਬੈਠਦੇ ਦੱਸਦੇ ਝਿਜਕ ਮਹਿਸੂਸ ਨਹੀਂ ਹੋਊਗੀ ਕਿ ਉਹ ਮੇਰੇ ਆਪਣੇ ਆ। ਤਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਮਹਿਸੂਸ ਕਰਨ ਵਾਲੇ ਸੈਂਕੜੇ ਲੱਖਾਂ ਪੰਜਾਬੀ ਤੁਹਾਡੇ ਨਾਲ ਆ। ਜੇ ਕੋਈ 2-4-10 ਬੰਦਿਆਂ ਨੂੰ ਤੁਹਾਡੀ ਇਸ ਤਰ੍ਹਾਂ ਦੇ ਪਹਿਰਾਵੇ ਤੋਂ ਜਾਂ ਤੁਹਾਡੀ ਇਨਫੋਰਮੇਸ਼ਨ ਤੋਂ ਤਕਲੀਫ ਹੋ ਰਹੀ ਆ, ਮੈਂ ਤੁਹਾਨੂੰ ਫਿਰ ਕਹਿੰਦਾ ਕਿ ਇਨਫੋਰਮੇਸ਼ਨ ਅਤੇ ਨੌਲੇਜ ਦੇ ਵਿੱਚ ਫਰਕ ਹੁੰਦਾ। ਇਨਫੋਰਮੇਸ਼ਨ ਕੋਈ ਵੀ ਤੁਹਾਨੂੰ ਕਿਸੇ ਵੀ ਥਾਂ ਤੋਂ ਦੇ ਸਕਦਾ, ਨੌਲੇਜ ਤੁਸੀਂ ਉਹ ਇਨਫੋਰਮੇਸ਼ਨ ਦੇ ਵਿੱਚੋਂ ਕੱਢਣੀ ਹੁੰਦੀ ਆ। ਜੇ ਤੁਹਾਨੂੰ ਲੱਗਦਾ ਕਿ ਉਹਦੀ ਦਿੱਤੀ ਨੌਲੇਜ ਗਲਤ ਆ, ਤਾਂ ਨਹੀਂ, ਇਨਫੋਰਮੇਸ਼ਨ ਗਲਤ ਹੋ ਸਕਦੀ ਹੈ, ਨੌਲੇਜ ਤਾਂ ਤੁਸੀਂ ਖੁਦ ਲੈਣੀ ਹੁੰਦੀ ਆ। ਇਹਦਾ ਮਤਲਬ ਤੁਹਾਡੇ ਕੋਲ ਨੌਲੇਜ ਛਾਨਣ ਵਾਲਾ ਦਿਮਾਗ ਹੈ ਨਹੀਂ ਗਾ। ਇਹਦਾ ਮਤਲਬ ਇਹ ਆ, ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਸੁਣਿਓ ਸੱਜਣੋ ਗਲਤ ਹੈ। ਤੁਹਾਨੂੰ ਨੌਲੇਜ ਅਤੇ ਇਨਫੋਰਮੇਸ਼ਨ ਦਾ ਡਿਫਰੈਂਸ ਨਹੀਂ ਪਤਾ, ਤੁਹਾਨੂੰ ਜਾਣਕਾਰੀ ਅਤੇ ਗਿਆਨ ਦਾ ਡਿਫਰੈਂਸ ਨਹੀਂ ਪਤਾ। ਜਾਣਕਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਗਿਆਨ ਨਹੀਂ ਹੋ ਸਕਦਾ। ਮਸ਼ੀਨ ਜਾਣਕਾਰੀ ਨਾਲ ਭਰੀ ਹੋ ਸਕਦੀ ਆ, ਪਰ ਮਸ਼ੀਨ ਨੂੰ ਗਿਆਨ ਨਹੀਂ ਹੁੰਦਾ, ਗਿਆਨੀ ਬੰਦਾ ਹੀ ਹੁੰਦਾ। ਮਸ਼ੀਨਾਂ ਨਾ ਬਣੋ, ਬੰਦੇ ਬਣੋ। ਜਿਉਂਦੇ ਰਹੋ।